एडवरटाइजमेंट का जमाना है, तुम जानते हो, जो दिखता है वही बिकता है, वो गल हुई हुई है जी। सो ज़्यादातर एडवरटाइजमेंट के बखरे बखरे ढंग होंगे ने, लोग अपने अपने ढंग नाल वध तो वध कस्टमर्स नूं अपनी दुकान पर लैके आने बहुत सारे उल जुलूल गल्लां भी कर देंगे। अगर मैं गल करा विदाउट आयल्स इन्ना सौखा कोई पॉसीबिलिटी है नहीं, ये सिर्फ और सिर्फ एक तरह की कहानी है कि बस एक बार गाहक नूं अपनी दुकान पर सद लीए फिर असी। ਤੁਸੀਂ ਜਿਵੇਂ ਕਹਿ ਰਹੇ ਹੋ ਕਿ ਰੇਅਰ ਟੂ ਰੇਅਰ ਕੇਸ ਵਿੱਚ ਹੈ ਇਹ ਪ੍ਰੋਵੀਜ਼ਨ? ਰੇਅਰ ਟੂ ਰੇਅਰ ਕੇਸ ਵਿੱਚ ਹਰ ਜਗ੍ਹਾ ਹੀ ਕੁਝ ਨਾ ਕੁਝ ਪ੍ਰੋਵੀਜ਼ਨ ਹੁੰਦੇ ਨੇ ਜੀ। ਸਾਰਿਆਂ ਲਈ ਦੱਸਦਾਂ, ਟੀਅਰ 4 ਵੀਜ਼ਾ ਹੁੰਦਾ, ਇਹਦਾ ਪੁਆਇੰਟ ਬੇਸ ਸਿਸਟਮ ਹੈ। CAS ਮਤਲਬ ਜਿਹੜਾ ਕਨਫਰਮੇਸ਼ਨ ਆਫ ਸਟੱਡੀਜ਼ ਉੱਥੋਂ ਆਉਂਦਾ ਹੈ, ਉਹ ਜਿਹੜੀ ਵੀ ਯੂਨੀਵਰਸਿਟੀਜ਼ ਅਗਰ ਤੁਸੀਂ ਐਡਮਿਸ਼ਨ ਲਿਆ, ਸੋ ਕਨਫਰਮੇਸ਼ਨ ਆਫ ਸਟੱਡੀਜ਼ ਦੇ ਪੁਆਇੰਟ ਹੁੰਦੇ ਨੇ, ਜਿਹੜੇ ਫੰਡ ਤੁਸੀਂ ਸ਼ੋਅ ਕੀਤੇ ਨੇ ਉਹਦੇ ਪੁਆਇੰਟ ਹੁੰਦੇ ਨੇ, ਇੰਗਲਿਸ਼ ਦੇ ਪੁਆਇੰਟ ਹੁੰਦੇ ਨੇ, ਇਹ ਤੋਂ ਇਲਾਵਾ ਇਹ ਚਾਰ ਤਿੰਨ ਤਰ੍ਹਾਂ ਦੇ ਪੁਆਇੰਟਸ ਤੋਂ ਇਲਾਵਾ ਤੁਹਾਡਾ ਮੈਡੀਕਲ ਹੁੰਦਾ। ਅਗਰ ਇਹ ਰਿਕੁਆਇਰਮੈਂਟ ਤੁਸੀਂ ਪੂਰੀ ਕਰਦੇ ਹੋ ਤਦੀ ਤੁਸੀਂ ਟੀਅਰ 4 ਵੀਜ਼ਾ ਅਪਲਾਈ ਕਰਦੇ ਹੋ। ਅਸੀਂ ਇਹਦਾ ਐਡ ਕਰ ਦੇਣ ਕਿ ਬਿਨਾਂ ਪਾਸਪੋਰਟ ਤੋਂ ਤੁਸੀਂ ਜਾ ਸਕਦੇ ਆ, ਫਿਰ ਤਾਂ ਮੈਂ ਕਹਿੰਦਾ ਲਾਈਨਾਂ ਲੱਗ ਜਾਣੀਆਂ, ਰਸ਼ ਬਹੁਤ ਪੈ ਜਾਣਾ ਭਾਜੀ। ਇੱਦਾਂ ਤਾਂ ਫਿਰ ਮਤਲਬ ਇਹ ਤਾਂ ਸ਼ੇਖ ਚਿੱਲੀ ਦੇ ਸੁਪਨੇ ਦੇਖਦੇ ਰਹਿਣਾ ਚਾਹੀਦਾ ਹੈ। ਲੋਕ ਦਿਖਾਉਂਦੇ ਵੀ ਨੇ ਔਰ ਲੋਕ ਫਸ ਵੀ ਜਾਂਦੇ ਨੇ, ਬੜਾ ਸੀਰੀਅਸ ਮੈਟਰ ਹੈ, ਤੁਸੀਂ ਬਾਹਰ। ਸਤਿ ਸ਼੍ਰੀ ਅਕਾਲ ਦਰਸ਼ਕੋ, ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਹਾਲ ਦੀ ਘੜੀ ਜਿਹੜੇ ਇਮੀਗ੍ਰੇਸ਼ਨ ਏਜੰਟ ਨੇ, ਇਹਨਾਂ ਨੇ ਵਿਦੇਸ਼ ਨੂੰ ਭੇਜਣ ਵਾਲੀ ਜਿਹੜੀ ਐਡਵਰਟਾਈਜ਼ਮੈਂਟ ਥਾਂ ਥਾਂ 'ਤੇ ਲਾਈ ਹੋਈ ਹੈ ਉਹਦੇ ਵਿੱਚ ਹਨੇਰੀ ਲਿਆਉਂਦੀ ਪਈ ਹੈ। ਕੋਈ ਬੱਸ ਨਹੀਂ ਛੱਡੀ, ਕੋਈ ਬੱਸ ਅੱਡਾ ਨਹੀਂ ਛੱਡਿਆ, ਛੋਟੇ ਹਾਥੀ ਵਾਲੇ ਨਹੀਂ ਛੱਡੇ, ਜਗਾੜੂ ਰੇੜੇ ਵਾਲਿਆਂ ਨੇ ਵੀ ਐਡ ਲਾਈ ਹੋਈ ਇਹਨਾਂ ਦੀ। ਕੋਈ ਮੋਟਰ ਨਹੀਂ ਛੱਡੀ, ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਤੁਸੀਂ ਝਾਤ ਮਾਰ ਲਓ ਕਿ ਤੁਹਾਨੂੰ ਇਮੀਗ੍ਰੇਸ਼ਨ ਏਜੰਟ ਦੀ ਐਡ ਨਾ ਮਿਲੇ। ਹਰ ਜਗ੍ਹਾ ਇਹੀ ਲਿਖਿਆ ਹੁੰਦਾ ਕਿ ਤੁਹਾਨੂੰ ਤੁਹਾਡੇ ਸੁਪਨੇ ਦੀ ਜਗ੍ਹਾ 'ਤੇ ਅਸੀਂ ਲਿਜਾ ਸਕਦੇ, ਜਿਵੇਂ ਇਹਨਾਂ ਕੋਲ ਕੋਈ ਗਿੱਦੜ ਸਿੰਘੀ ਆ ਗਈ ਹੋਵੇ। ਹਰੇਕ ਏਜੰਟ ਇਹ ਦਾਅਵਾ ਕਰਦਾ ਜੇਕਰ ਤੁਸੀਂ ਆਇਲਸ ਕੀਤੀ ਹੈ ਚਾਹੇ ਨਹੀਂ ਕੀਤੀ ਹੈ, ਤੁਹਾਡਾ ਜਹਾਜ਼ ਦੀ ਤਾਕੀ ਨੂੰ ਮੈਂ ਹੀ ਹੱਥ ਪਵਾ ਸਕਦਾ। ਹੁਣ ਤਾਂ ਇਉਂ ਮਹਿਸੂਸ ਹੋਣ ਲੱਗ ਪਿਆ ਕਿ ਸ਼ਾਇਦ ਅਗਲੇ ਆਉਣ ਵਾਲੇ 15-20 ਦਿਨਾਂ 'ਚ ਸ਼ਾਇਦ ਇਹ ਵੀ ਐਡ ਚਲਾ ਦੇਣ ਕਿ ਬਿਨਾਂ ਪਾਸਪੋਰਟ ਤੋਂ ਅਸੀਂ ਆਧਾਰ ਕਾਰਡ 'ਤੇ ਵੀ ਤੁਹਾਨੂੰ ਕੈਨੇਡਾ ਜਾਂ ਇੰਗਲੈਂਡ ਪਹੁੰਚਾ ਸਕਦੇ ਹਾਂ। ਇਹਦੇ ਪਿੱਛੇ ਕਿੰਨੀ ਕੁ ਸੱਚਾਈ ਹੈ ਕਿ ਵਿਦ ਔਰ ਵਿਦਆਊਟ ਆਇਲਸ ਜਿਹੜੇ ਵੀਜ਼ਾਸ ਆ ਰਹੇ ਆ ਉਹਦੇ ਬਾਬਤ ਜਾਣਕਾਰੀ ਲੈਣ ਲਈ ਅਸੀਂ ਲੋਟਸ ਇਮੀਗ੍ਰੇਸ਼ਨ ਵਿਖੇ ਵਰਿੰਦਰ ਬਜਾਰ ਜੀ ਕੋਲ ਪਹੁੰਚੇ ਹਾਂ। ਵਰਿੰਦਰ ਜੀ, ਸਵਾਲ ਮੇਰਾ ਖਿਆਲ ਤੁਸੀਂ ਮੇਰਾ ਸੁਣ ਹੀ ਲਿਆ ਕਿ ਐਡਵਰਟਾਈਜ਼ਮੈਂਟ ਬਹੁਤ ਵੱਡੇ ਪੱਧਰ 'ਤੇ ਚੱਲ ਰਹੀ ਹੈ ਕਿ ਚਲੋ ਕੈਨੇਡਾ ਚਲੀਏ ਵਿਦ ਔਰ ਵਿਦਆਊਟ ਆਇਲਸ, ਅਸੀਂ ਦੋਵੇਂ ਤਰੀਕੇ ਵੀਜ਼ਾ ਲੈ ਦਾਂਗੇ, ਕਿੰਨੀ ਕੁ ਸੱਚਾਈ ਹੈ? ਦਿਨੇਸ਼ ਜੀ, ਤੁਹਾਨੂੰ ਅਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਗੱਲ ਤੁਹਾਡੀ ਬਿਲਕੁਲ ਵਾਜਿਬ ਹੈ, ਅੱਜ ਕੱਲ੍ਹ ਐਡਵਰਟਾਈਜ਼ਮੈਂਟ ਦਾ ਜ਼ਮਾਨਾ ਹੈ, ਤੁਸੀਂ ਜਾਣਦੇ ਹੋ, ਜੋ ਦਿਖਦਾ ਹੈ ਵਹੀ ਵਿਕਦਾ ਹੈ, ਉਹ ਗੱਲ ਹੋਈ ਹੋਈ ਹੈ ਜੀ। ਸੋ ਜ਼ਿਆਦਾਤਰ ਐਡਵਰਟਾਈਜ਼ਮੈਂਟ ਦੇ ਵੱਖਰੇ ਵੱਖਰੇ ਢੰਗ ਹੁੰਦੇ ਨੇ, ਲੋਕ ਆਪਣੇ ਆਪਣੇ ਢੰਗ ਨਾਲ ਵੱਧ ਤੋਂ ਵੱਧ ਕਸਟਮਰਸ ਨੂੰ ਆਪਣੀ ਦੁਕਾਨ 'ਤੇ ਲੈ ਕੇ ਆਉਣ ਲਈ ਬਹੁਤ ਸਾਰੇ ਉਲ ਜਲੂਲ ਗੱਲਾਂ ਵੀ ਕਰ ਦਿੰਦੇ ਨੇ। ਮੈਂ ਇਹਨੂੰ ਉਲ ਜਲੂਲ ਵੀ ਕਹਾਂਗਾ, ਹਾਂ ਕੁਛ ਸੱਚਾਈ ਵੀ ਹੁੰਦੀ ਹੈ, ਬਟ ਮੈਂ ਫਿਰ ਤੋਂ ਰਿਪੀਟ ਬਾਰ ਬਾਰ ਕਰਾਂਗਾ, ਇੱਕ ਗੱਲ 'ਤੇ ਫੋਕਸ ਕਰਾਂਗਾ ਕਿ ਤੁਸੀਂ ਆਪਣੇ ਰੂਲ ਐਂਡ ਰੈਗੂਲੇਸ਼ਨਸ ਨੂੰ ਜਿਹੜੇ ਵੀ ਕੰਟਰੀ ਜਾਣਾ ਚਾਹੁੰਦੇ ਹੋ, ਜਿਹੜੀ ਡੈਸਟੀਨੇਸ਼ਨ 'ਤੇ ਜਾਣਾ ਚਾਹੁੰਦੇ ਹੋ, ਉਹਨਾਂ ਦੀ ਵੈਬਸਾਈਟ ਨੂੰ ਖੰਗਾਲ ਸਕਦੇ ਹੋ, ਉਹਦੇ 'ਤੇ ਆਪਣੇ ਰੂਲ ਐਂਡ ਰੈਗੂਲੇਸ਼ਨ ਚੈੱਕ ਕਰ ਸਕਦੇ ਹੋ। ਕੈਨੇਡਾ ਵਿਦਆਊਟ ਆਇਲਸ ਨਹੀਂ ਪੋਸੀਬਲ ਹੁੰਦਾ ਸਟੂਡੈਂਟ ਵੀਜ਼ਾ, ਜਾਂ ਫਿਰ ਅਗਰ ਪੋਸੀਬਲ ਹੁੰਦਾ ਹੈ ਤਾਂ ਉਹ ਬਹੁਤ ਹਾਇਰ ਸਟੱਡੀ, ਜੋ ਕੋਈ PhD ਵਗੈਰਾ ਲਈ ਕੋਈ, ਸੋ ਉਹ ਜਿਹੜਾ ਲੂਪਹੋਲ ਜਿਹਾ ਹੁੰਦਾ ਉਹਨੂੰ ਟਰਮ ਐਂਡ ਕੰਡੀਸ਼ਨ 'ਚ ਲੁਕੋ ਲੈਂਦੇ ਨੇ ਲੋਕ। UK ਦੇ ਬਾਰੇ ਲੋਕ ਬਹੁਤ ਕੁਛ ਕਹਿ ਰਹੇ ਨੇ, UK ਦੀ ਵੀ ਅਪਡੇਸ਼ਨ ਆ ਚੁੱਕੀ ਹੈ, ਕੁਛ ਰੂਲਸ ਜਿਹੜੇ ਨੇ ਉਹਨਾਂ ਦੇ ਅਪਡੇਟ ਹੋਏ ਨੇ ਦਿਨੇਸ਼ ਜੀ। ਸੋ ਅਗਰ ਮੈਂ ਗੱਲ ਕਰਾਂ ਵਿਦਆਊਟ ਆਇਲਸ ਇੰਨਾ ਸੌਖਾ ਕੋਈ ਪੋਸੀਬਿਲਿਟੀ ਹੈ ਨਹੀਂ, ਇਹ ਸਿਰਫ ਔਰ ਸਿਰਫ ਇੱਕ ਤਰ੍ਹਾਂ ਦੀ ਕਹਾਣੀ ਹੈ ਕਿ ਬਸ ਇੱਕ ਵਾਰੀ ਗਾਹਕ ਨੂੰ ਆਪਣੀ ਦੁਕਾਨ 'ਤੇ ਸੱਦ ਲਈਏ ਫਿਰ ਅਸੀਂ। ਤੁਸੀਂ ਜਿਵੇਂ ਕਹਿ ਰਹੇ ਹੋ ਕਿ ਰੇਅਰ ਟੂ ਰੇਅਰ ਕੇਸ ਵਿੱਚ ਹੈ ਇਹ ਪ੍ਰੋਵੀਜ਼ਨ? ਰੇਅਰ ਟੂ ਰੇਅਰ ਕੇਸ ਵਿੱਚ ਹਰ ਜਗ੍ਹਾ ਹੀ ਕੁਝ ਨਾ ਕੁਝ ਪ੍ਰੋਵੀਜ਼ਨ ਹੁੰਦੇ ਨੇ ਜੀ, ਜਿਵੇਂ ਕਿ ਕੋਈ ICSE ਬੋਰਡ ਹੈ, ਪਹਿਲਾਂ ਹੀ ਉਹਦੇ ਨੰਬਰ ਹੀ ਬਹੁਤ ਹਾਇਰ ਨੇ, ਓਵਰਆਲ ਮਾਰਕਸ ਬਹੁਤ ਅੱਛੇ ਨੇ, ਜਾਂ ਉਹਨੇ ਆਇਲਸ ਤੋਂ ਇਲਾਵਾ ਹੋਰ ਤਰ੍ਹਾਂ ਦੇ ਟੈਸਟ ਪਾਸ ਕਰ ਲਏ ਨੇ। ਪਰ ਆਪਣੇ ਪੰਜਾਬ ਵਿੱਚ ਤਾਂ ਬਹੁਤ ਆਤ ਹੈ ਜੀ ਪੰਜਾਬ ਬੋਰਡ ਵਾਲਿਆਂ ਦੀ। ਪੰਜਾਬ ਬੋਰਡ ਦੇ ਵਿੱਚ ਇਹੋ ਜਿਹੀ ਪੋਸੀਬਿਲਿਟੀ ਹੈ ਨਹੀਂ। ਮੈਂ ਅਗਰ ਗੱਲ ਕਰਾਂਗਾ ਆਸਟ੍ਰੇਲੀਆ ਦੇ ਲਈ ਤਾਂ ਬਿਲਕੁਲ ਅੱਜ ਕੱਲ੍ਹ ਹਰ ਹਾਲਤ 'ਚ ਆਇਲਸ ਚਾਹੀਦੀ ਹੈ, ਕੈਨੇਡਾ ਲਈ ਆਇਲਸ ਚਾਹੀਦੀ ਹੈ, UK ਲਈ ਵੀ ਆਇਲਸ ਚਾਹੀਦੀ ਹੈ। UK ਦਾ ਵੀਜ਼ਾ ਜਿਹੜਾ ਲੱਗਦਾ ਹੈ, ਅਗਰ ਮੈਂ ਗੱਲ ਕਰਾਂ ਟੀਅਰ 4 ਵੀਜ਼ਾ ਹੁੰਦਾ, ਮੈਂ ਦਰਸ਼ਕਾਂ ਨੂੰ ਤੁਹਾਡਿਆਂ ਲਈ ਦੱਸਦਾ, ਟੀਅਰ 4 ਵੀਜ਼ਾ ਹੁੰਦਾ, ਇਹਦਾ ਪੁਆਇੰਟ ਬੇਸ ਸਿਸਟਮ ਹੈ। CAS ਮਤਲਬ ਜਿਹੜਾ ਕਨਫਰਮੇਸ਼ਨ ਆਫ ਸਟੱਡੀਜ਼ ਉੱਥੋਂ ਆਉਂਦਾ ਹੈ, ਉਹ ਜਿਹੜੀ ਵੀ ਯੂਨੀਵਰਸਿਟੀਜ਼ ਅਗਰ ਤੁਸੀਂ ਐਡਮਿਸ਼ਨ ਲਿਆ, ਸੋ ਕਨਫਰਮੇਸ਼ਨ ਆਫ ਸਟੱਡੀਜ਼ ਦੇ ਪੁਆਇੰਟ ਹੁੰਦੇ ਨੇ, ਜਿਹੜੇ ਫੰਡ ਤੁਸੀਂ ਸ਼ੋਅ ਕੀਤੇ ਨੇ ਉਹਦੇ ਪੁਆਇੰਟ ਹੁੰਦੇ ਨੇ, ਇੰਗਲਿਸ਼ ਦੇ ਪੁਆਇੰਟ ਹੁੰਦੇ ਨੇ, ਇਹ ਤੋਂ ਇਲਾਵਾ ਇਹ ਚਾਰ ਤਿੰਨ ਤਰ੍ਹਾਂ ਦੇ ਪੁਆਇੰਟਸ ਤੋਂ ਇਲਾਵਾ ਤੁਹਾਡਾ ਮੈਡੀਕਲ ਹੁੰਦਾ। ਅਗਰ ਇਹ ਰਿਕੁਆਇਰਮੈਂਟ ਤੁਸੀਂ ਪੂਰੀ ਕਰਦੇ ਹੋ ਤਦੀ ਤੁਸੀਂ ਟੀਅਰ 4 ਵੀਜ਼ਾ ਅਪਲਾਈ ਕਰ ਸਕਦੇ ਹੋ, ਠੀਕ ਹੈ। ਸੋ ਅਗਰ ਇਹੋ ਜਿਹੀ ਕੰਡੀਸ਼ਨ ਹੀ ਤੁਸੀਂ ਪੂਰੀ ਨਹੀਂ ਕਰਦੇ, ਹਾਂ
ਵਿਦਆਊਟ ਆਇਲ ਦਾ ਮਤਲਬ ਹੈ ਪੰਜਾਬ ਬੋਰਡ ਨੂੰ ਜਿਵੇਂ ਤੁਸੀਂ ਕਿਹਾ ਤਾਂ ਉਹਨੂੰ ਤਾਂ ਅਸੀਂ ਭੁੱਲ ਜਾਈਏ। ਹਾਂ ਆਈ ਸੀ ਐੱਸ ਈ ਬੋਰਡ ਤੋਂ ਤੁਸੀਂ ਕੀਤੀ, ਸੀ ਬੀ ਐੱਸ ਈ ਬੋਰਡ ਤੋਂ ਕੀਤੀ ਔਰ ਤੁਹਾਡੇ ਬਹੁਤ ਅੱਛੇ ਨੰਬਰ ਨੇ ਐਵਰੇਜਲੀ। ਅੱਜ ਦੀ ਡੇਟ ਯੂਕੇ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਪੰਜਾਬ ਤੋਂ ਲੈ ਰਹੀਆਂ ਨੇ ਉਹ ਵੈਸੇ ਹੀ 70% ਪਲੱਸ ਓਵਰਆਲ ਮਾਰਕਸ ਤੱਕ ਵੀ ਮੰਗਣ ਵਾਲੀ ਨੇ। ਪਰ ਸਰ ਜਿਹੜੇ ਬੱਚੇ ਨੇ ਆਈ ਸੀ ਐੱਸ ਈ ਬੋਰਡ ਤੋਂ ਕੀਤੀ ਹੈ, ਸੀ ਬੀ ਐੱਸ ਈ ਬੋਰਡ ਤੋਂ 10th ਜਾਂ ਪਲੱਸ 2 ਕੀਤੀ ਹੈ, ਪਲੱਸ 2 ਕੀਤੀ ਆਪਾਂ ਮੰਨ ਕੇ ਚੱਲੀਏ, ਜਿਹਨਾਂ ਨੇ ਓਵਰਸੀਜ਼ ਜਾਣਾ, ਉਹਨਾਂ ਲਈ ਤਾਂ ਵੈਸੇ ਵੀ ਆਇਲਸ ਕੋਈ ਆਬਜੈਕਟਿਵ ਐਰਰ ਨਹੀਂ, ਉਹਨਾਂ ਨੇ ਹਊਆ ਨਹੀਂ ਆ, ਉਹ ਤਾਂ ਕਲੀਅਰ ਕਰ ਹੀ ਸਕਦੇ ਆ। ਅਗਰ ਕੋਈ ਬੱਚਾ ਇੰਨੇ ਅੱਛੇ ਮਾਰਕਸ ਔਰ ਇੰਨੇ ਅੱਛੇ ਸਕੋਰ ਲੈ ਲੈਂਦਾ ਤਾਂ ਉਹ ਸੈਟ ਜੈਸੇ ਜਿਹੜੇ ਟੈਸਟ ਉਹ ਪਾਸ ਕਰ ਸਕਦਾ, ਉਹਦੀ ਵਰਲਡ ਰੈਂਕਿੰਗ ਆ ਜਾਂਦੀ ਹੈ, ਉਹਨਾਂ ਨੂੰ ਤਾਂ ਸਕਾਲਰਸ਼ਿਪ ਬਹੁਤ ਹਾਇਰ ਮਿਲ ਜਾਂਦੀਆਂ ਨੇ। ਸੋ ਇਹ ਇੱਕ ਤੁਸੀਂ ਸਮਝਦੇ ਹੋ ਟਰਮ ਐਂਡ ਕੰਡੀਸ਼ਨ ਵਾਲਾ ਉਹ ਜਿਹੜਾ ਉੱਪਰ ਲੱਗਿਆ ਹੁੰਦਾ ਨਾ ਜੀ ਸਟਾਰ, ਸੋ ਸਟਾਰ ਦਾ ਫਾਇਦਾ ਲੈ ਕੇ ਮਤਲਬ ਅਨਭੋਲ ਪੁਣੇ 'ਚ ਅਸੀਂ ਕਿਤੇ ਵੀ ਜਾ ਕੇ ਆਪਣੀ ਫਾਈਲ ਜਮ੍ਹਾਂ ਨਾ ਕਰਾ ਦਈਏ, ਪੂਰੇ ਟਰਮਸ ਐਂਡ ਕੰਡੀਸ਼ਨ ਚੈੱਕਆਊਟ ਕਰੀਏ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੀ ਸਾਈਟ 'ਤੇ ਜਾਓ, ਉੱਥੇ ਜਾ ਕੇ ਚੈੱਕ ਕਰੋ। ਔਰ ਜੀ ਤੁਸੀਂ ਇਨਫੋਰਮੇਸ਼ਨ, ਮੈਂ ਇਨਫੋਰਮੇਸ਼ਨ ਦੇ ਹੀ ਰਿਹਾ ਸੀ। ਦੇਖੋ ਸਾਈਟ ਹੈ ਯੂਕੇ ਦੀ, ਯੂਕੇ ਗਵਰਨਮੈਂਟ ਦੀ ਇਮੀਗ੍ਰੇਸ਼ਨ ਸਾਈਟ ਹੈ, ਆਈ ਆਰ ਸੀ ਸੀ ਕੈਨੇਡਾ ਲਈ ਹੈ, ਆਸਟ੍ਰੇਲੀਆ ਲਈ ਵੀ ਇਹੋ ਜਿਹੀ ਸਾਈਟ ਹੈ। ਸੋ ਤੁਸੀਂ ਉਹਨਾਂ ਦੀਆਂ ਸਾਈਟਸ 'ਤੇ ਜਾਓ, ਚੈੱਕ ਕਰੋ ਵਧੇਰੇ ਜਾਣਕਾਰੀ ਲਈ। ਅਣਭੋਲਪਣੇ 'ਚ ਫਸਣਾ ਵੈਸੇ ਵੀ, ਕਿਉਂਕਿ ਬੱਚੇ ਜਿਹੜੇ ਜਾ ਰਹੇ ਨੇ ਉਹ ਪੜ੍ਹੇ ਲਿਖੇ ਨੇ, ਉਹਨਾਂ ਦੇ ਅੱਛੇ ਮਾਰਕਸ ਹੈ। ਜਿਹੜੇ ਬੱਚਿਆਂ ਦੇ ਮਾਰਕਸ ਅੱਛੇ ਨਹੀਂ ਹੁੰਦੇ ਉਹ ਜ਼ਰੂਰ ਇਸ ਕੇਸ ਵਿੱਚ ਹੈ ਨਾ ਕਿਸੇ ਨਾ ਕਿਸੇ ਦਾ ਸ਼ਿਕਾਰ ਹੋ ਜਾਂਦੇ ਨੇ। ਸ਼ਿਕਾਰ ਨਾ ਹੋਣਾ, ਉਹ ਸ਼ਿਕਾਰ ਨਹੀਂ ਹੋਣਾ ਚਾਹੀਦਾ। ਤੁਹਾਨੂੰ ਆਪਣੀ ਸਾਰੀ ਡਿਟੇਲ ਜਿਹੜੀ ਹੈ ਉਹ ਕੱਢ ਲੈਣੀ ਚਾਹੀਦੀ ਹੈ। ਬਾਕੀ ਤੁਸੀਂ ਬੜੀ ਫਨੀ ਗੱਲ ਕੀਤੀ ਹੈ ਕਿ ਸ਼ਾਇਦ ਥੋੜ੍ਹੇ ਟਾਈਮ ਦੇ ਵਿੱਚ ਲੋਕ ਜਿਹੜੇ ਉਹ ਸ਼ਾਇਦ ਬਿਨਾਂ ਪਾਸਪੋਰਟ ਤੋਂ, ਸੋ ਇਹੋ ਜਿਹੀ ਗੱਲ ਨਹੀਂ ਹੋਏਗੀ ਜੀ। ਅੱਛਾ ਜੇ ਵੈਸੇ ਇਹਦਾ ਐਡ ਕਰ ਦੇਣ ਕਿ ਬਿਨਾਂ ਪਾਸਪੋਰਟ ਤੋਂ ਤੁਸੀਂ ਜਾ ਸਕਦੇ ਆ, ਫਿਰ ਤਾਂ ਮੈਂ ਕਹਿੰਦਾ ਲਾਈਨਾਂ ਲੱਗ ਜਾਣੀਆਂ, ਰਸ਼ ਬਹੁਤ ਪੈ ਜਾਣਾ ਭਾਜੀ। ਇੱਦਾਂ ਤਾਂ ਫਿਰ ਮਤਲਬ ਇਹ ਤਾਂ ਸ਼ੇਖ ਚਿੱਲੀ ਦੇ ਸੁਪਨੇ ਦੇਖਦੇ ਰਹਿਣਾ ਚਾਹੀਦਾ ਹੈ। ਲੋਕ ਦਿਖਾਉਂਦੇ ਵੀ ਨੇ ਔਰ ਲੋਕ ਫਸ ਵੀ ਜਾਂਦੇ ਨੇ। ਬੜਾ ਸੀਰੀਅਸ ਮੈਟਰ ਹੈ, ਤੁਸੀਂ ਬਾਹਰ ਜਾਣਾ ਹੈ, ਪੂਰੀ ਤਰ੍ਹਾਂ ਆਪਣਾ ਜਿਹੜਾ ਤੁਹਾਡਾ ਗੋਲ ਹੈ ਉਹਨੂੰ ਚੇਂਜ ਕਰਨਾ ਹੈ, ਵੱਖਰੀ ਕੰਟਰੀ ਜਾਣਾ, ਉੱਥੇ ਜਾ ਕੇ ਸੈਟਲ ਹੋਣਾ। ਵੈਸੇ ਵੀ ਇੰਗਲਿਸ਼ ਆਉਣੀ ਚਾਹੀਦੀ, ਅਗਰ ਇੰਗਲਿਸ਼ ਤੁਹਾਨੂੰ ਨਹੀਂ ਆ ਰਹੀ ਔਰ ਤੁਸੀਂ ਪ੍ਰਪੇਅਰ ਨਹੀਂ ਹੋ ਤਾਂ ਤੁਹਾਨੂੰ ਉੱਥੇ ਜੋਬ ਲੱਭਣ 'ਚ ਬਹੁਤ ਦਿੱਕਤ ਹੋਏਗੀ। ਆਫਟਰ ਤੁਹਾਡੀ ਸਟੱਡੀ ਕਰਨੀ ਬਹੁਤ ਮੁਸ਼ਕਿਲ ਹੋ ਜਾਏਗੀ। ਦੇਖੋ ਤੁਸੀਂ ਬੜੇ ਆਮ ਸਕੂਲਾਂ ਤੋਂ ਉੱਠ ਕੇ ਯੂਕੇ ਦੀਆਂ ਬਹੁਤ, ਕਿਉਂਕਿ ਜ਼ਿਆਦਾਤਰ ਯੂਕੇ ਦੇ ਵਿੱਚ ਲਗਭਗ 150 ਦੇ ਕਰੀਬ ਯੂਨੀਵਰਸਿਟੀ ਹੈ, ਸਾਰਿਆਂ ਦੀ ਰੈਂਕਿੰਗ ਵਰਲਡ ਰੈਂਕ 'ਤੇ ਬਹੁਤ ਅੱਛੀ ਹੈ, ਜਿਹਦੇ 'ਚ ਇੰਡੀਆ ਦੀਆਂ ਯੂਨੀਵਰਸਿਟੀਆਂ ਮੋਸਟਲੀ ਨਹੀਂ ਆਉਂਦੀਆਂ। ਸੋ ਤੁਸੀਂ ਉਹੋ ਜਿਹੇ ਆਡੀਟੋਰੀਅਮ ਟਾਈਪ ਹਾਲਸ 'ਚ ਪੜ੍ਹਨਾ ਹੈ ਅਤੇ ਅਗਰ ਇੰਗਲਿਸ਼ ਹੀ ਅੱਛੀ ਨਹੀਂ ਹੈ ਤਾਂ ਫਿਰ ਤੁਸੀਂ ਕਰੋਗੇ ਕੀ, ਹੈ ਨਾ। ਸੋ ਇਹ ਮਜ਼ਾਕ ਲਈ ਹੋ ਸਕਦਾ ਜੀ, ਬਾਕੀ ਲੋਕ ਬਿਜ਼ਨਸ ਲਈ, ਪਰ ਜਿਵੇਂ ਤੁਸੀਂ ਕਿਹਾ ਗੱਲ ਸੀਰੀਅਸ ਹੈ ਔਰ ਇਹ 'ਤੇ ਧਿਆਨ ਦੇਣਾ ਚਾਹੀਦਾ ਹੈ, ਧਿਆਨ ਐਵੇਂ ਨਾ ਕਰੋ ਜੀ। ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ।